ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਪੱਤੇ ਮੈਂ ਨੀਲਮਕੋਟ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਅੱਜ ਸਾਡੇ ਸਟੂਡੀਓ ਵਿੱਚ ਆਏ ਹਨ ਬੀਬੀ ਨਵਕਿਰਨ ਕੌਰ ਖਲੜਾ ਜੀ ਜਿਹੜੇ ਕਿ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਜੀ ਦੀ ਬੇਟੀ ਹਨ ਇਹ ਉਹ ਸੀਤ ਸਿੰਘ ਸਨ ਜਿਨ੍ਹਾਂ ਨੇ ਅਨਪਛਾਤੀਆਂ ਲਾਸ਼ਾਂ ਨੂੰ ਪਛਾਣ ਦੇ ਕੇ ਉਹਨਾਂ ਨੂੰ ਉਹਨਾਂ ਦੇ ਜੀਹਾਂ ਤੱਕ ਉਹਨਾਂ ਦਾ ਜਿਹੜਾ ਡਾਟਾ ਸੀ ਉਹ ਪਹੁੰਚਾਇਆ ਸੀ ਆਓ ਉਹ ਸਾਡੇ ਨਾਲ ਅੱਜ ਮੌਜੂਦ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਜੀ ਤੁਹਾਡਾ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਫॉर ਹੈਵਿੰਗ ਮੀ ਤੁਸੀਂ ਅੱਜ ਜਿਹੜਾ ਸਮਾਗਮ ਹੋਇਆ ਗੁਰੂ ਘਰ ਵਿੱਚ ਉਹਨਾਂ ਦੇ ਸੱਦੇ ਤੇ ਤੁਸੀਂ ਜਿਹੜਾ ਸ਼ਹੀਦਾਂ ਨੂੰ ਜਿਹੜਾ ਅੱਜ ਆਪਾਂ ਅਰਸ਼ਰ ਅਰਸ਼ਰ ਅੰਝਲੀ ਦੇ ਫੁੱਲ ਭੇਟ ਕੀਤੇ ਹਨ ਉਹ ਗੁਰੂ ਘਰ ਦੀ ਸੰਗਤ ਵੱਲੋਂ ਸਮੂਹ ਸੰਗਤ ਵੱਲੋਂ ਤੁਹਾਨੂੰ ਇੱਥੇ ਬੁਲਾਇਆ ਗਿਆ ਤੇ ਇਹ ਜਿਹੜਾ ਸਮਾਗਮ ਕਰਵਾਇਆ ਗਿਆ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਅ being a part ਜਿਵੇਂ ਮੈਂ ਸ਼ਹੀਦ ਪਰਿਵਾਰ ਦਾ ਹਿੱਸਾ ਹੋਣ ਕਰਕੇ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਆਲਦੋ ਮੈਂ ਬਹੁਤ ਸ਼ਾਰਟ ਨੋਟਿਸ ਤੇ ਇੱਥੇ ਮੈਨੂੰ ਸੱਦਿਆ ਗਿਆ ਸੀਗਾ ਪਰ ਬੀਇੰਗ ਅ ਡਾਟਰ ਜਿੱਥੇ ਵੀ ਸਿੱਖ ਸੰਗਤ ਜਦੋਂ ਵੀ ਸ਼ਹੀਦਾਂ ਦੇ ਨਾਂ ਤੇ ਕੋਈ ਵੀ ਸਮਾਗਮ ਕਰਾਉਂਦੀ ਹੈ ਤੇ ਜੇ ਮੈਨੂੰ ਸੱਦੀ ਹੈ ਇਹ ਇੱਕ ਡਿਊਟੀ ਹੈ ਮੇਰੀ ਕਿ ਉੱਥੇ ਜੇ ਮੈਂ ਪਹੁੰਚ ਸਕਦੀ ਆ ਤਾਂ ਜ਼ਰੂਰ ਪਹੁੰਚਾਂ ਸੋ ਇੱਕ ਤਰ੍ਹਾਂ ਦੀ ਰਿਸਪੌਂਸਿਬਿਲਟੀ ਹੈ ਉਹਦੇ ਤੋਂ ਕੋਈ ਹੋਰ ਚਾਰਾ ਵੀ ਨਹੀਂ ਹੈਗਾ ਸੋ ਆਈ ਫੀਲ ਗੁੱਡ ਕਿ ਮੈਨੂੰ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ ਤੇ ਹੋਰ ਜਿਹੜਾ ਜਿੰਨੀ ਅਵੇਅਰਨੈਸ ਅਸੀਂ ਲਿਆ ਸਕਦੇ ਹਾਂ ਕਿ ਇਸ ਮਸਲੇ ਨੂੰ ਜੋ ਸਿੱਖ ਕੌਮ ਦੀ ਸਟਰਗਲ ਹੈ ਉਹਦੀ ਜਿਹੜੀ ਹੱਲੇ ਤਾਈ ਸਾਡੇ ਅਨਕਲੋਸਡ ਚੈਪਟਰਸ ਨੇ ਉਹਨਾਂ ਦੀ ਗੱਲ ਜਿਹੜੀ ਉਹ ਕੌਮ ਤੱਕ ਜਾਂਦੀ ਰਹੇ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗਦਾ ਰਹੇ ਕਿ ਸਾਡੀ ਜਿਹੜੀ ਸਟਰਗਲ ਹੈ ਉਦਾਂ ਕੀ ਬਣਿਆ ਤੇ ਜਾਂ ਕੀ ਅਸੀਂ ਅੱਗੇ ਉਹਨੂੰ ਕੀ ਬੀੜਾ ਚੱਕ ਸਕਦੇ ਹਾਂ ਜੀ ਥੈਂਕ ਯੂ ਸੋ ਮੱਚ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦੀ ਹਾਂ ਕਿ ਲਾਈਕ ਜਦੋਂ ਖਲੜਾ ਜੀ ਸ਼ਹੀਦ ਹੋਏ ਸੀ ਤੇ ਉਦੋਂ ਤੁਸੀਂ ਤੁਹਾਡੀ ਏਜ ਕਿੰਨੀ ਸੀ ਤੇ ਤੁਸੀਂ ਉਹਨਾਂ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਉਹਨਾਂ ਦੀ ਕਮੀ ਤੇ ਮਹਿਸੂਸ ਕੀਤੀ ਬਟ ਕਾਫੀ ਔਕੜਾਂ ਵੀ ਤੁਹਾਨੂੰ ਆਈਆਂ ਹੋਣਗੀਆਂ ਉਹਨਾਂ ਬਾਰੇ ਤੁਸੀਂ ਸਾਰ ਦਰਸ਼ਕਾਂ ਨੂੰ ਦੱਸੋ Uh, 1995 ਦੇ ਵਿੱਚ ਜਦੋਂ ਮੇਰੇ ਫਾਦਰ ਸਾਹਿਬ ਨੂੰ ਚੁੱਕ ਕੇ ਲੈ ਕੇ ਗਏ ਅਤੇ گاਉਂਾਂ ਦੀ ਵੀ লাশ ਜਿਹੜੀ ਹੈ ਉਹ ਲਾਵਰਸ ਬਣਾਈ ਗਈ ਹੈ ਉਦੋਂ ਮੇਰੀ ਉਮਰ 10 ਸਾਲ ਦੀ ਸੀ ਮੇਰਾ ਇੱਕ ਬ੍ਰਦਰ ਹੈ ਉਹ ਮੇਰੇ ਤੋਂ ਡੇਢ 2 ਸਾਲ ਛੋਟਾ ਹੈ ਉਹ 8 ਸਾਲ ਦਾ ਸੀ ਉਦੋਂ ਤੇ ਔਕਣਾ ਆਈ ਥਿੰਕ ਆਉਂਦੀਆਂ ਨੇ ਪਰ ਜੋ ਪਰਿਵਾਰ ਸਾਡੇ ਪਰਿਵਾਰ ਦੇ ਵਿੱਚ ਇੱਕ ਲੇਗੇਸੀ ਜਿਹੜੀ ਸੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਉਹ ਸਾਡੇ ਵੱਡੇ-ਵਡੇਰਿਆਂ ਤੋਂ ਸਾਡੇ ਪੁਰਖਾਂ ਤੋਂ ਸੀ ਆ ਸਾਡੀ ਪੱਤੀ ਪਿੰਡ ਖਾਲੜੇ ਦੇ ਵਿੱਚ ਸੂਰਿਆਂ ਦੀ ਪੱਤੀ ਕਰਕੇ ਜਾਣੀ ਜਾਂਦੀ ਹੈ ਤੇ ਸੂਰਾ ਸਿੰਘ ਜਿਹੜੇ ਸੀ ਉਹ ਵਾਹ ਪਿੰਡ ਦੀ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਤਾਂ ਵਾਹ ਪਿੰਡ ਦੀ ਲੜਾਈ ਦੇ ਵਿੱਚ ਇੱਕ ਸਿੰਘ ਸ਼ਹੀਦ ਹੋਇਆ ਸੀ ਜਿਹਨੂੰ ਤੀਰਾਂ ਨਾਲ ਵਿੰਨ ਕੇ ਸ਼ਹੀਦ ਕੀਤਾ ਸੀ ਉਹਨਾਂ ਦਾ ਨਾਂ ਸੂਰਾ ਸਿੰਘ ਸੀ ਉਹ ਸਾਡੇ ਵੱਡੇ-ਵਡੇਰਿਆਂ ਚ ਸੀ ਅੱਜ ਵੀ ਢਾਡੀ ਸਾਡੇ ਇਲਾਕੇ ਦੇ ਉਹਨਾਂ ਦੀਆਂ ਵਾਰਾਂ ਗੁੰਦੇ ਨੇ ਜੀ ਫੇਰ ਮੇਰੇ ਫਾਦਰ ਸਾਹਿਬ ਦੇ ਦਾਦਾ ਜੀ ਸਰਦਾਰ ਹਰਨਾਮ ਸਿੰਘ ਉਹ ਕਾਮਾਗਾਟਾ ਮਾਰੂ ਜਹਾਜ਼ ਦੀ ਜਿਹੜੀ ਇੱਕ ਪੰਜਾਂ ਮੈਂਬਰਾਂ ਕਮੇਟੀ ਸੀ ਜਿਹਨਾਂ ਨੇ ਆਰਗੇਨਾਈਜ਼ ਕੀਤਾ ਸੀ ਬਾਬਾ ਗੁਰਦੇਵ ਸਿੰਘ ਹੋਰਾਂ ਦੇ ਨਾਲ ਸੋ ਉਹ ਉਸ ਕਮੇਟੀ ਦੇ ਵਿੱਚ ਸਾਨੂੰ ਕਾਮਾਗਾਟਾ ਮਾਰੂ ਦੇ ਵਿੱਚ ਵੀ ਆਏ ਫੇਰ ਉਹ ਸ਼ੰਘਾਈ ਦੇ ਵਿੱਚ ਗਦਰੀ ਬਾਬਿਆਂ ਦੇ ਨਾਲ ਪੂਰੇ ਐਕਟਿਵ ਰਹੇ ਲਾਹੌਰ ਕਨਸਪੀਰੇਸੀ ਕੇਸ ਜਿਹਦੇ ਵਿੱਚ ਕਿਸੇ ਟਾਈਮ ਤੇ ਭਗਤ ਸਿੰਘ ਹੋਰਾਂ ਨੂੰ ਵੀ ਫੜਿਆ ਗਿਆ ਸੀ ਉਸ ਕੇਸ ਦੇ ਵਿੱਚ ਮੇਰੇ ਪਰਦਾਦਾ ਜੀ ਨੂੰ ਵੀ ਜਿਹੜੀ ਸਜ਼ਾ ਹੋਈ ਸੀ ਉਹਨਾਂ ਨੂੰ 8 ਸਾਲ ਪਿੰਡ ਦੀ ਨਜ਼ਰਬੰਦੀ ਹੋਈ ਸੀ ਸੋ ਇਹ ਜਿਹੜੀ ਐਕਟਿਵਿਜ਼ਮ ਸੀਗੀ ਜਾਂ ਜਿਹੜਾ ਸੋਸ਼ਲ ਇਨਜਸਟਿਸ ਦੇ ਨਾਲ ਕਨੈਕਟਡ ਰਹਿਣਾ ਇਹ ਪਾਰਟ ਆਫ ਦ ਫੈਮਲੀ ਸੀਗਾ ਸੋ ਇਸ ਗੱਲ ਨੂੰ ਮੇਰੇ ਦਾਦਾ ਜੀ ਵੀ ਬਖੂਬੀ ਸਮਝਦੇ ਸੀ ਤੇ ਜਦੋਂ ਅਸੀਂ ਖੈਰ ਅਸੀਂ ਛੋਟੇ ਸੀ ਪਰ ਘਰ ਦੀ ਐਕਟੀਵਿਟੀ ਜਿਹੜੀ ਉਹ ਬਦਲ ਜਾਂਦੀ ਹੈ ਜਦੋਂ ਇਹੋ ਜਿਹਾ ਕੋਈ ਤੁਹਾਡੇ ਨਾਲ ਘਰ ਚ ਕੋਈ ਕਹਾਣੀ ਵਾਪਰ ਜਾਵੇ ਤਾਂ ਉਹਨਾਂ ਨੇ ਸਾਨੂੰ ਤੇ ਮੇਰੇ ਮਦਰ ਨੇ ਸਾਨੂੰ ਇਹ ਕਿਹਾ ਕਿ ਜਾਣਾ ਤਾਂ ਹਰ ਬੰਦੇ ਨੇ ਹੈ ਇੱਕ ਦਿਨ ਪਰ ਕੌਣ ਕਿਸ ਤਰ੍ਹਾਂ ਜਾਂਦਾ ਹੈ ਤੇ ਉਹਦਾ ਕੀ ਕੰਮ ਜਿਹੜਾ ਹੈ ਉਹ ਇੰਪੋਰਟੈਂਟ ਹੈ ਤੇ ਨਾਲ ਦੀ ਨਾਲ ਇਹ ਗੱਲ ਸਾਨੂੰ ਬੜੀ ਛੇਤੀ ਸਮਝ ਲੱਗ ਗਈ ਸੀ ਕਿ ਮੇਰੇ ਪਾਪਾ ਦਾ ਜਾਣਾ ਸਿਰਫ ਤੇ ਸਿਰਫ ਇੱਕ ਇਨਸਾਨ ਦੀ ਜ਼ਿੰਦਗੀ ਤੱਕ ਦਾ ਸੀਮਤ ਨਹੀਂ ਆ ਉਹਨਾਂ ਦਾ ਕੰਮ ਬਹੁਤ ਵੱਡਾ ਸੀ ਤੇ ਉਹਨਾਂ ਕਰਕੇ ਜਿਹੜੇ ਹੋਰ ਕਈ ਪਰਿਵਾਰ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਬੱਚੇ ਲਾਵਾਰਸ਼ ਕਹਿ 60 ਦੇ ਉੱਤੇ ਗਏ ਆ ਕਿਉਂਕਿ ਅਸੀਂ ਆਪਣੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਸਕੂਲੋਂ ਆਉਣਾ ਜਾਂ ਛੁੱਟੀ ਵਾਲੇ ਦਿਨ ਸਾਡੇ ਘਰ ਹਮੇਸ਼ਾ ਸ਼ਹੀਦ ਪਰਿਵਾਰ ਜਿਹੜੇ ਆ ਉਹ ਆਉਂਦੇ ਜਾਂਦੇ ਰਹਿੰਦੇ ਸੀ ਜਦੋਂ ਅਸੀਂ ਉਹਨਾਂ ਵੱਲ ਦੇਖਦੇ ਸੀ ਤਾਂ ਸਾਨੂੰ ਹੋਰ ਮੋਟੀਵੇਸ਼ਨ ਵੀ ਮਿਲਦੀ ਸੀ ਕਿ ਇਹ ਪਰਿਵਾਰਾਂ ਨੇ ਸਾਡੇ ਤੇ ਆਸ ਰੱਖੀ ਹੋਈ ਆ ਤਾਂ ਫਿਰ ਜਦੋਂ ਤੁਹਾਨੂੰ ਇਹ ਦਿਖਣ ਲੱਗ ਜੇ ਕਿ ਕਿਸੇ ਨੇ ਤੁਹਾਡੇ ਤੇ ਆਸ ਰੱਖੀ ਆ ਤਾਂ ਤੁਸੀਂ ਛੰਡਾ ਸੁੱਟ ਵੀ ਨਹੀਂ ਸਕਦੇ ਮੈਂ ਇਹਦੇ ਵਿੱਚ ਤੁਹਾਨੂੰ ਜਿੱਦਸਾ ਤੁਸੀਂ ਬੋਲੇ ਆ ਕਿ ਲਾਈਕ ਅਸੀਂ ਸਕੂਲ ਆਂਜ ਆਂਦੇ ਜਾਂਦੇ ਸੀ ਉਹਦੇ ਦਰਮਿਆਨ ਤੁਹਾਨੂੰ ਪੁਲਿਸ ਜਾਂ ਏਜੰਸੀਆਂ ਜਾਂ ਹੋਰ ਲੋਕ ਤੁਹਾਨੂੰ ਤੰਗ ਤੇ ਨਹੀਂ ਕਰਦੇ ਸੀ ਦੇਖੋ ਇਹ ਤਾਂ ਉਹਨਾਂ ਨੇ ਉਹਨਾਂ ਦਾ ਕੰਮ ਆ ਤੰਗ ਕਰਨਾ ਉਹਨਾਂ ਦਾ ਕੰਮ ਆ ਤੁਹਾਨੂੰ ਪਰੇਸ਼ਾਨ ਕਰਨਾ ਧਮਕੀਆਂ ਦੇਣੀਆਂ ਜਾਂ ਕਿਸੇ ਤਰ੍ਹਾਂ ਤੁਹਾਨੂੰ ਜਿਹੜਾ ਡਰਾਉਣਾ ਸਾਡੇ ਘਰ ਜਿੰਨਾ ਚਿਰ ਅਸੀਂ ਕੇਸ ਲੜਿਆ ਹੈ ਉਹਨਾਂ ਨੇ ਗਵਾਹਾਂ ਨੂੰ ਖਰੀਦਣ ਦੀ ਗਵਾਵਾਂ ਨੂੰ ਧਮਕਾਉਣ ਦੀ ਮੇਰੇ ਮਦਰ ਤੇ ਝੂਠੇ ਕੇਸ ਪਾਉਣ ਦੀ ਫੇਰ ਸਾਡੇ ਘਰ ਸਾਡੀ ਗਲੀ ਦੇ ਆਸ-ਪਾਸ ਸੀਆਈਡੀ ਵਾਲਿਆਂ ਦੇ ਕਿਰਾਏ ਤੇ ਮਕਾਨ ਲੈ ਕੇ ਰਹਿਣ ਦੀ ਸਾਡੇ ਘਰ ਕਿਹੜਾ ਸਕੂਟਰ ਹੁੰਦਾ ਹੈ ਕਿਹੜੀ ਗੱਡੀ ਹੁੰਦੀ ਹੈ ਉਹਨਾਂ ਦੇ ਨੰਬਰ ਨੋਟ ਹੋਣ ਤੱਕ ਇਹ ਸਾਰਾ ਕੁਝ ਹੋਇਆ ਹੈ ਪਰ ਗੱਲ ਇਹ ਸੀ ਕਿ ਸਾਨੂੰ ਜੋ ਸਿਖਾਇਆ ਗਿਆ ਸੀ ਉਹ ਸੀ ਕਿ ਨਾ ਤਾਂ ਮੇਰੇ ਫਾਦਰ ਸਾਹਿਬ ਨੇ ਕੋਈ ਗਲਤ ਗੱਲ ਕੀਤੀ ਹੈ ਤੇ ਨਾ ਹੀ ਅਸੀਂ ਕੋਈ ਗਲਤ ਗੱਲ ਕਰ ਰਹੇ ਹਾਂ ਅਸੀਂ ਉਥੋਂ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਦੁਨੀਆ ਨੂੰ ਇਹ ਦੱਸ ਰਹੇ ਹਾਂ ਕਿ ਸਾਡੇ ਨਾਲ ਕੀ ਹੋਇਆ ਸੋ ਇਹ ਕੌਨਫੀਡੈਂਸ ਸਾਨੂੰ ਸੀਗਾ ਕਿ ਅਸੀਂ ਕਿਸੇ ਨਾਲ ਕੋਈ ਤੱਕਾ ਨਹੀਂ ਕਰ ਰਹੇ ਤੇ ਜੇ ਕੋਈ ਸਾਨੂੰ ਹੱਥ ਲਾਊਗਾ ਬਹੁਤ ਅਸੀਂ ਉਦੋਂ ਬਹੁਤ ਛੋਟੇ ਸੀ ਤੇ ਮੇਰੇ ਮਦਰ ਜਿਵੇਂ ਇੱਕ ਮਾਂ ਡਰਦੀ ਹੈ ਬੱਚਿਆਂ ਨੂੰ ਸਕੂਲ ਭੇਜਣ ਤੇ ਤੇ ਉਹਨਾਂ ਨੇ ਉਹ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਟੋ 'ਚ ਜਾਣ ਲੱਗਿਆ ਥੋੜਾ ਜਿਹਾ ਧਿਆਨ ਰੱਖਿਆ ਕਰੋ ਆਸ-ਪਾਸ ਕੌਣ ਹੁੰਦਾ ਹੈ ਕੌਣ ਨਹੀਂ ਪਰ ਉਸ ਵੇਲੇ ਮੇਰੇ ਬ੍ਰਦਰ ਨੇ ਉਹਨਾਂ ਨੂੰ ਉਹ 8-9 ਸਾਲ ਦਾ ਹੀ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਮੰਮੀ ਫਿਕਰ ਨਾ ਕਰੋ ਪੂਰੀ ਆਪਾਂਥ ਸਾਡੇ ਨਾਲ ਸੋ ਐਕਸਪੀਰੀਟੀ ਹੁੰਦੀ ਹੈ ਇੱਕ ਤਰ੍ਹਾਂ ਦਾ ਤੁਹਾਨੂੰ ਹੌਸਲਾ ਹੀ ਚਾਹੀਦਾ ਹੁੰਦਾ ਹੈ ਤੇ ਉਹ ਹੌਸਲਾ ਸਾਨੂੰ ਕੌਮ ਤੋਂ ਹਮੇਸ਼ਾ ਮਿਲਦਾ ਰਿਹਾ ਹੈ ਤੇ ਉਹਦੇ ਕਰਕੇ ਹੋਈਆਂ ਹੋਣਗੀਆਂ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਮੇਰੇ ਮਦਰ ਨੇ ਸਾਰਾ ਕੁਝ ਦੇਖਿਆ ਵੀ ਹੈ ਤੇ ਕੁਝ ਚੀਜ਼ਾਂ ਸਾਡੇ ਤੋਂ ਸ਼ੀਲਡ ਵੀ ਕੀਤੀਆਂ ਹੋਣਗੀਆਂ ਪਰ ਐਸਾ ਕਿ ਕਦੀ ਸਾਡਾ ਹੌਸਲਾ ਨਹੀਂ ਟੁੱਟਾ ਉਹਨਾਂ ਚੀਜ਼ਾਂ ਕਰਕੇ ਜੀ ਵੈਰੀ ਗੁੱਡ ਐਂਡ ਇੱਕ ਹੋਰ ਕੁਐਸਚਨ ਹੈ ਕਿ ਲਾਈਕ ਤੁਹਾਡੀ ਆਰਥਿਕ ਪੱਖੋਂ ਤੁਹਾਡੀ ਕਿੰਨਾ ਨੇ ਮਦਦ ਕੀਤੀ ਜਿਸ ਤਰ੍ਹਾਂ ਤੁਹਾਡੇ ਪਾਪਾ ਸ਼ਹੀਦ ਹੋਏ ਤੇ ਆਰਥਿਕ ਪੱਖ ਤੁਹਾਡੀ ਕਿੰਨੇ ਸਹਾਇਤਾ ਕੀਤੀ ਦੇਖੋ ਹਰ ਪਰਿਵਾਰ ਇਹਨਾਂ ਲੱਕੀ ਨਹੀਂ ਹੁੰਦਾ ਪਰ ਖਾਲੜਾ ਪਰਿਵਾਰ ਵੀ ਵਰ ਵੈਲ ਟੂ ਡੂ ਤੇ ਮੇਰੇ ਦਾਦਾ ਜੀ ਟੀਚਰ ਰਿਟਾਇਰ ਹੋਏ ਸੀਗੇ ਮੇਰੇ ਮਮਾ ਗੁਨਾਰੰਗ ਦੇਵ ਯੂਨੀਵਰਸਿਟੀ ਚ ਜੌਬ ਕਰਦੇ ਸੀ ਤੇ ਇਹ ਇੱਕ ਪ੍ਰਣ ਸੀ ਉਸੇ ਦਿਨ ਹੀ ਕਰ ਲਿਆ ਸੀ ਜਿੱਦਨ ਮੇਰੇ ਫਾਦਰ ਸਾਹਿਬ ਨੂੰ ਚੁੱਕਿਆ ਗਿਆ ਸੀ ਕਿ ਖਾਲੜਾ ਕੇਸ ਕਰ ਦੇ ਵਿੱਚੋਂ ਲੜਿਆ ਜਾਏਗਾ ਪਰਿਵਾਰ ਦੇ ਵਿੱਚੋਂ ਲੜਿਆ ਜਾਏਗਾ ਇਹਦਾ ਕੋਈ ਇੱਕ ਨਿੱਕਾ ਪੈਸਾ ਕਿਤੋਂ ਨਹੀਂ ਇਕੱਠਾ ਕੀਤਾ ਜਾਏਗਾ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੁਨੀਆ ਦੇ ਕਿਸੇ ਵੀ ਸਟੇਜ ਤੋਂ ਇਹ ਪੁੱਛ ਸਕਦੇ ਹੋ ਕਿ ਖਾਲੜਾ ਪਰਿਵਾਰ ਨੇ ਕਦੀ ਕਿਸੇ ਤੋਂ ਕਿਸ ਦੇ ਲਈ ਜਾਂ ਕਿਸੇ ਹੋਰ ਚੀਜ਼ ਲਈ ਕੋਈ ਗਰਾਈ ਨਹੀਂ ਕੀਤੀ ਸੋ ਆਈ ਥਿੰਕ ਇਹ ਇਹ ਸਾਡਾ ਆਪਣਾ ਫੈਸਲਾ ਸੀ ਕਿ ਸਾਨੂੰ ਆਪ ਨੂੰ ਹੀ ਕਿਸੇ ਤੋਂ ਮਦਦ ਨਹੀਂ ਚਾਹੀਦੀ ਸੋ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦੀ ਪਰ ਅਸੀਂ ਆਪ ਹੀ ਆਰਥਿਕ ਮਦਦ ਕਿਸੇ ਤੋਂ ਨਹੀਂ ਸੀ ਮੰਗੀ ਅਸੀਂ ਸਪੋਰਟ ਮੋਰਲ ਸਪੋਰਟ ਮੰਗੀ ਸੀ ਤੇ ਉਹ ਕੌਮ ਨੇ ਸਾਨੂੰ ਖੁੱਲ ਕੇ ਦਿੱਤੀ ਹੈ ਦਾ ਮਤਲਬ ਠੀਕ ਹੈ ਓਕੇ ਇੱਕ ਹੋਰ ਕੁਐਸਚਨ ਕਿ ਲਾਈਕ ਖਾਲੜਾ ਜਿਹਨੇ ਜਿੱਦਾਂ ਕਿ ਅਨਪ੍ਰਸ਼ਾਤੀਆਂ ਲਾਛਾਂ ਨੂੰ ਪਛਾਣ ਦਿੱਤੀ ਡਾਟਾ ਇਕੱਠਾ ਕੀਤਾ ਉਹਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਰਾਈਟ ਹੁਣ ਹੁਣ ਇਹ ਕੰਮ ਜਾਰੀ ਹੈ ਤੇ ਕਿੰਨੇ ਲਾਈਕ ਇਹਦਾ ਕਿੰਨੇ ਤੱਕ ਇਹ ਪਹੁੰਚ ਤੱਕ ਪਹੁੰਚਿਆ ਲਾਈਕ ਜਿਹੜੀ ਇਹਦੀ ਪਹੁੰਚ ਹੈ ਕਿੰਨੇ ਤੱਕ ਹੋਈ ਹੈ ਸੋ so, 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਨੂੰ ਚੁੱਕਿਆ ਗਿਆ 9 ਸਤੰਬਰ ਨੂੰ ਮੇਰੇ ਮਦਰ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਦਾਇਰ ਕੀਤਾ ਕਿ ਜਸਵੰਤ ਸਿੰਘ ਖਾਲੜਾ ਨੂੰ ਚੁੱਕਿਆ ਗਿਆ ਤੇ ਉਹਦੇ ਨਾਲ ਨਾਲ ਹੀ ਇੱਕ ਹੋਰ ਪਟੀਸ਼ਨ ਪਾਈ ਗਈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਬੰਦੇ ਨੂੰ ਚੁੱਕਿਆ ਕਿਉਂ ਗਿਆ ਸੀਗਾ ਉਹ ਲਾਵਾਰ ਸਲਾਸ਼ਾਂ ਦੀ ਲਿਸਟ ਜਿਹੜੀ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਕੱਢੀ ਸੀ ਉਹ ਦਾ ਕੇਸ ਨਾਲ ਦੀ ਨਾਲ ਉੱਥੇ ਪਾਇਆ ਗਿਆ ਤੇ ਇਹ ਕਹਿ ਲਓ ਕਿ ਪ੍ਰਮਾਤਮਾ ਨੇ ਐਸੀ ਵਿੱਦ ਬਣਾਈ ਸੀ ਕਿ ਜਸਟਿਸ ਕੁਲਦੀਪ ਸਿੰਘ ਹੋਰਾਂ ਨੂੰ ਇਹ ਕੇਸ ਆਪੇ ਹੀ ਜਿਹੜਾ ਅਲੋਟ ਹੋ ਗਿਆ ਤੇ ਉਹਨਾਂ ਨੇ ਇਹ ਵਿਦਿਨ 6 ਮਹੀਨਿਆਂ ਤੋਂ ਘੱਟ ਦੇ ਟਾਈਮ ਦੇ ਵਿੱਚ ਵਿੱਚ ਜਦੋਂ ਪੰਜਾਬ ਪੁਲਿਸ ਪੰਜਾਬ ਪੁਲਿਸ ਨੇ ਹੀ ਬੰਦਾ ਚੱਕਿਆ ਸੀ ਪੰਜਾਬ ਪੁਲਿਸ ਨੂੰ ਹੀ ਪਹਿਲੀ ਇਨਕੁਆਇਰੀ ਦਿੱਤੀ ਗਈ ਜਦੋਂ ਉਹਨਾਂ ਨੇ ਹੱਥ ਖੜੇ ਕਰਤੇ ਕਿ ਸਾਨੂੰ ਤਾਂ ਇਹ ਬੰਦਾ ਕਿਸੇ ਚੀਜ਼ 'ਚ ਲੁੜਿੰਦਾ ਹੀ ਨਹੀਂ ਸੀ ਜੀ ਕਿ ਇਸ ਬੰਦੇ ਨੇ ਤਾਂ ਕੋਈ ਕੰਮ ਇਲਲੀਗਲ ਜਾਂ ਕੋਈ ਕ੍ਰਾਈਮਨਲ ਐਕਟ ਕੀਤਾ ਹੀ ਨਹੀਂ ਤਾਂ ਅਸੀਂ ਇਹਨੂੰ ਕਿਉਂ ਚੁੱਕਾਂਗੇ ਅਸੀਂ ਇਹਨੂੰ ਨਹੀਂ ਚੁੱਕਿਆ ਜੀ ਜਦੋਂ ਉਹਨਾਂ ਨੇ ਹੱਥ ਖੜੇ ਕਰਤੇ ਤਾਂ ਇਨਕੁਆਰੀ ਜਿਹੜੀ ਹੈ ਸੀਬੀਆਈ ਨੂੰ ਮਾਰਕ ਹੋ ਗਈ ਸੀ ਤੇ ਉਹ ਇਨਕੁਆਰੀ ਦੇ ਦਰਮਿਆਨ ਸੀਬੀਆਈ ਨੇ ਜਿਹੜੇ 297 ਕੇਸ ਸੀਗੇ ਸੋ ਟੋਟਲ ਜਿਹੜਾ ਡਾਟਾ ਸੀ ਉਹ ਤਿੰਨ ਸ਼ਮਸ਼ਾਨਘਾਟਾਂ ਤੋਂ 6000 ਤੋਂ ਉੱਤੇ ਲਾਸ਼ਾਂ ਸੀ ਪਰ 297 ਦੀ شناخت ਪੂਰੀ ਸੀ ਬਾਕੀ ਲਾਸ਼ਾਂ ਦੀ ਅਧ شناخت ਜਾਂ ਫਿਰ ਜਸਟ ਲਾਸ਼ਾਂ ਦੇ ਨੰਬਰ ਸਨ ਤੋ ਉਹ ਲਾਸ਼ਾਂ ਜਿਹੜੀਆਂ 2097 ਸੀ सीबीआई ਨੇ ਆਪਣੀ ਇਨਕੁਆਇਰੀ ਜਦੋਂ ਉਹਨਾਂ ਨੇ ਸਮਾਂ ਲਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਬੰਦਾ ਜੋ ਕਹਿੰਦਾ ਸੀ ਸਹੀ ਹੈ ਪਰ ਨਾਲ ਦੀ ਨਾਲ ਜਿਹੜੀ ਉੱਥੋਂ ਦੀ ਸਰਕਾਰ ਨੇ ਇਹ ਕੰਮ ਕੀਤਾ ਕਿ ਬਾਕੀ ਪੰਜਾਬ ਦੇ ਸਾਰੇ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਜਿਹੜਾ ਉਹ ਸੀਲ ਕਰ ਦਿੱਤਾ सीबीआई ਨੇ ਇਹ ਕਰਕੇ ਕਿਹਾ ਕਿ ਸੀਲ ਕਰ ਦਿੱਤਾ ਕਿ ਸਾਨੂੰ ਡਰ ਹੈ ਕਿ ਜਿਹੜੀ ਪੰਜਾਬ ਸਰਕਾਰ ਇਸ ਚੀਜ਼ ਨੂੰ ਡਿਸਟਰੋਏ ਕਰ ਦੇਗੀ ਪਰ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਵੀ ਸਿੱਖ ਜਥੇਬੰਦੀ ਜਾਂ ਕੋਈ ਵੀ ਹਿਊਮਨ ਰਾਈਟਸ ਜਥੇਬੰਦੀ ਦੁਨੀਆ ਦੀ ਹੈ ਜਿਹੜੀ ਉਹਨਾਂ ਨੂੰ ਐਕਸੈਸ ਨਹੀਂ ਹੈਗਾ ਉਸ ਡੇਟਾ ਤੱਕ ਸੋ ਉਹ ਗੱਲ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਕਿਸੇ ਟਾਈਮ ਤੇ ਸ਼ੁਰੂ ਕੀਤੀ ਸੀਗੀ ਜਾਂ ਉਹਨਾਂ ਨੇ ਸਿਰਫ ਓਪਨ ਹੀ ਕੀਤਾ ਸੀ ਉਹ ਬਾਕਸ ਕਿ ਸਾਡੀਆਂ ਲਾਸ਼ਾਂ ਦਾ ਹਿਸਾਬ ਇੱਥੇ ਲਿਖਿਆ ਪਿਆ ਤਾਂ ਉਹ ਅਜੇ ਵੀ ਉਹਨੀਆਂ ਹੀ ਲਾਸ਼ਾਂ ਦਾ ਹਿਸਾਬ ਸਾਨੂੰ ਸਮਝ ਆ ਸਕਿਆ ਜਿਨ੍ਹਾਂ ਦੀ ਉਹ ਗੱਲ ਕਰਕੇ ਗਏ ਸੀ ਅੱਜ ਤੋਂ 21 ਸਾਲ ਪਹਿਲਾਂ ਬਾਕੀ ਦੀਆਂ ਲਾਸ਼ਾਂ ਦਾ ਹਿਸਾਬ ਲੈਣਾ ਕਿਉਂਕਿ ਉਹ ਰੈਕਟ ਤਾਂ ਹੁਣ ਸਾਡੇ ਕੋਲ ਹੈ ਨਹੀਂ ਜੋ ਸ਼ਮਸ਼ਾਨ ਘਾਟਾਦਨ ਸੀਗਾ ਪਰ ਹੋਰ ਕਿਹੜੇ ਢੰਗ ਤਰੀਕੇ ਸੀਗੇ ਉਹ ਹੱਲੇ ਸਾਡੀ ਕੌਮ ਨੇ ਪੂਰਾ ਕੰਮ ਜਿਹੜਾ ਹੈ ਉਹ ਪੈਂਡਿੰਗ ਹੈ ਆਈ ਊਡ ਸੇ ਕਿ ਹੈਗੇ ਆ ਕੁਝ ਵਕੀਲ ਜਾਂ ਉਥੋਂ ਦੇ ਵੀ ਜਥੇਬੰਦੀਆਂ ਜਿਹੜੇ ਇਸ ਇਨੀਸ਼ੀਏਟਿਵ ਨੂੰ ਲੈਂਦੇ ਆ ਪਰ ਜਦੋਂ ਸਰਕਾਰਾਂ ਹਰ ਚੀਜ਼ ਲਗਾ ਲੈਣ ਤਾਂ ਉਹ ਕੰਮ ਇੰਨਾ ਸੌਖਾ ਨਹੀਂ ਰਹਿੰਦਾ ਸੋ ਇਨਸਾਫ ਆਰਗੇਨਾਈਜੇਸ਼ਨ ਵਰਗੇ ਜਾਂ ਹੋਰ ਵੀ ਜਿਹੜੇ ਉਥੋਂ ਦੇ ਲਾਇਰਸ ਨੇ ਉਹਨਾਂ ਨੇ ਘਰਾਂ 'ਚ ਜਾ ਕੇ ਪਰਿਵਾਰਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਡਾਟਾ ਲੀਗਲ ਤੌਰ ਤੇ ਤਿਆਰ ਕਰਨਾ ਉਹ ਇਸੇ ਕਰਕੇ ਉਹਨੂੰ ਟਾਈਮ ਵੀ ਲੱਗਦਾ ਹੈ ਕਹਿੰਦਾ ਮੀਨ ਗਿਆ ਕਿ ਸਾਡੇ ਕੋ ਆਪਣਾ ਖਲਸਾ ਨਹੀਂ ਕਰਨੀ ਆਈਦਾ ਸੋ ਆਈ ਹਾਂਜੀ ਇਹ ਆਪਾਂ ਕਹਿ ਸਕਦੇ ਹਾਂ ਕਿ ਕੌਮੀ ਘਰ ਜਿਹੜਾ ਹੈ ਉਹ ਸਾਡਾ ਏਜੰਡਾ ਹੈ ਤੇ ਜਦੋਂ ਤੱਕ ਉਹ ਸਾਨੂੰ ਨਹੀਂ ਮਿਲਦਾ ਉਦੋਂ ਤੱਕ ਸਾਨੂੰ ਕਈ ਤਰੀਕੇ ਨਾਲ ਇਸ ਚੀਜ਼ ਨੂੰ ਅਪਰੋਚ ਕਰਨਾ ਪਊਗਾ ਕਿਉਂਕਿ ਸਾਡਾ ਇਤਿਹਾਸ ਹੈ ਇੱਕ ਸਾਡਾ ਵੱਡਮੁੱਲਾ ਹਿੱਸਾ ਹੈ ਕਿ ਸਾਡੀ ਉਸ ਕੌਮੀ ਘਰ ਦੀ ਪ੍ਰਾਪਤੀ ਦੇ ਲਈ ਜਿੰਨਾ ਜਿੰਨਾ ਲੋਕਾਂ ਨੇ ਖੂਨ ਡੋਲਿਆ ਹੈ ਉਹਨਾਂ ਦੇ ਨਾਂ ਉਹਨਾਂ ਉਹਨਾਂ ਲਾਹਵਾਰਸ ਲਾਸ਼ਾਂ ਦੀਆਂ ਪਛਾਣਾ ਜਿਹੜੀਆਂ ਕੱਲ ਨੂੰ ਸਾਡੇ ਉਹਨਾਂ ਵਾਲੀਆਂ ਨਸਲਾਂ ਨੂੰ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਸੋ ਉਹ 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 ਜਿਹੜਾ ਹਿੱਸਾ ਸੀ ਉਹ ਮੇਰੇ ਪਾਪਾ ਦੇ ਹੱਥ ਹੀ ਆਇਆ ਸੀਗਾ ਕਿ ਉਹਨਾਂ ਲਾਸ਼ਾਂ ਨੂੰ ਇੱਕ ਪਰਛਾਣ ਦੇਣੀ ਤੇ ਗਾਂ ਜਿਹੜੇ ਉਹ ਸਾਡੀ ਚਾਹੇ ਉਹ ਤੁਸੀਂ ਕਹਿ ਲਓ ਕਿ ਖਾਲੜਾ ਪਰਿਵਾਰ ਜਾਂ ਉਹ ਸਾਰਾ ਪਰਿਵਾਰ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਹਮੇਸ਼ਾ ਨਾਲ ਲੜੇ ਆ ਸੋ ਉਹਨਾਂ ਸਾਰਿਆਂ ਦੇ ਹਿੱਸੇ ਆਇਆ ਸੀ ਤੇ ਅਸੀਂ ਸਮਝਦੇ ਹਾਂ ਕਿ ਸਾਡੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਸਾਰਿਆਂ ਨੂੰ ਪਛਾਣ ਜਿਹੜੀ ਉਹ ਦਵਾ ਸਕੀਏ ਉਹ ਹੀ ਨਹੀਂ ਜਿਹੜੇ 297 ਦੀ ਗੱਲ ਉਹ ਮੇਰੇ ਫਾਦਰ ਸਾਹਿਬ ਕਰਕੇ ਗਏ ਪਰ ਬਾਕੀ ਦੇ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ ਜੀ ਜਿਹੜੀ ਇਹ ਨੌਜਵਾਨ ਪੀੜੀ ਹੈਗੀ ਹੈ ਜਿਸ ਤਰ੍ਹਾਂ ਖਾਲੜਾ ਜੀ ਨੇ ਇਹ ਸ਼ੁਰੂ ਕੀਤਾ ਹੈ ਮੈਂ ਸ਼ੁਰੂ ਕੀਤੀ ਹੈ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਲਈ ਉਹ ਉਹਦੇ ਵਿੱਚ ਕਿੰਨਾ ਕੁ ਹਿੱਸਾ ਪਾ ਸਕਦੀਆਂ ਨੇ ਦੇਖੋ ਕਿਹੜੇ ਕਿਹੜੇ ਤਰੀਕੇ ਨਾਲ ਦੇਖੋ ਦੋ ਸਿੰਪਲ ਜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ ਆਪਣੀ ਸਪੀਚ 'ਚ ਕੀ ਸਾਡੇ ਕੋਲ ਦੋ ਕੰਮ ਨੇ ਜਿਹੜੇ ਸਾਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਤਾਂ ਅਸੀਂ ਦੁਨੀਆ ਜਿਹੜੀ ਕਚਹਿਰੀ ਆ ਹਿੰਦੁਸਤਾਨ ਦੀਆਂ ਕਚਹਿਰੀਆਂ ਜਾਂ ਕੋਰਟ ਜਿਹੜਾ ਲੀਗਲ ਸਿਸਟਮ ਆ ਚਾਹੇ ਉਹ ਹੁਣ UN ਹੋਵੇ ਜਾਂ ਇੰਡੀਆ ਦੀਆਂ ਕੋਟਾਂ ਹੋਣ ਉਹਦੇ ਲਈ ਸਾਨੂੰ ਫੈਕਟ ਤੇ ਫਿਗਰ ਤੇ ਡਾਟਾ ਚਾਹੀਦਾ ਹੈ ਉਹ ਪ੍ਰੋਪਰ ਡਾਟਾ ਚਾਹੀਦਾ ਉਸ ਅਸੀਂ ਸਿਰਫ ਗੁਰਦੁਆਰੇ 'ਚ ਬੈਠ ਕੇ ਗੱਲਾਂ ਕਰਕੇ ਜਾਂ ਅਬਾਊਟ ਮੀਨ ਕਹਿ ਕੇ ਅਬਾਊਟ 20000 ਕਹਿ ਕੇ ਉਹ ਉਵੇਂ ਨਹੀਂ ਬਣਨਾ ਉਹਦੇ ਲਈ ਤੁਹਾਨੂੰ ਬਹੁਤ 10 15 ਜਾਂ 20 ਸਾਲ ਵੀ ਮਿਹਨਤ ਕਰਕੇ ਉਹ ਡੇਟਾ ਇਕੱਠਾ ਕਰਨਾ ਪੈਣਾ ਇੱਕ ਰਾਹ ਉਹ ਹੈ ਜਿਹੜੇ ਨੌਜਵਾਨ ਜਾਂ ਜਿਹੜੇ ਵੀ ਲੋਕ ਉਸ ਰਾਹ ਨੂੰ ਅਪਣਾਉਣਾ ਚਾਹੁੰਦੇ ਬਿਕੋਜ਼ ਅੱਜ ਦੀ ਫਿਤਰਤ ਸਾਡੀ ਕੌਮ ਦੀ ਇਹ ਹੋ ਗਈ ਕਿ ਸਾਨੂੰ ਸ਼ਾਰਟ ਟਰਮ ਰਿਜ਼ਲਟ ਬਹੁਤ ਛੇਤੀ ਚਾਹੀਦੇ ਆ ਕਿ ਜੇ ਮੈਂ ਅੱਜ ਵਕੀਲ ਬਣਿਆ ਤਾਂ ਮੈਨੂੰ ਕੱਲ ਹੀ ਕੱਲ ਹੀ ਰਿਜ਼ਲਟ ਚਾਹੀਦਾ ਉਹਦੇ ਨਾਲ ਰਿਜ਼ਲਟ ਨਹੀਂ ਨਿਕਲਦੇ ਇਹੋ ਜਿਹੇ ਇਹੋ ਜਿਹੇ ਕੰਮ ਕਰਨ ਲਈ ਉਮਰਾਂ ਲੱਗ ਜਾਂਦੀਆਂ ਸੋ ਉਹਨਾਂ ਨੂੰ ਇਹ ਕਮਿਟਮੈਂਟ ਦੇ ਕੇ ਚੱਲਣੀ ਪਵੇਗੀ ਕਿ ਸ਼ਾਇਦ ਮੇਰੀ ਸਾਰੀ ਜ਼ਿੰਦਗੀ ਇਸ ਕੰਮ ਚ ਲੱਗ ਜਾਵੇ ਸੋ ਉਹ ਕੰਮ ਜਿਹੜਾ ਹੈ ਉਹ ਕੋਈ ਵੀ ਨੌਜਵਾਨ ਜਿਹੜਾ ਹੈ ਉਹ ਕਰ ਸਕਦਾ ਹੈ ਇਹਦੇ ਚ ਸਾਡੇ ਵੱਲੋਂ ਖੁੱਲਾ ਸਦਾ ਹੈ ਅਸੀਂ ਕਿਸੇ ਪਾਰਟੀ ਨਾਲ ਕਿਸੇ ਜਥੇਬੰਦੀ ਨਾਲ ਅਲਾਈਨ ਨਹੀਂ ਹੈਗੇ ਜਿਹੜਾ ਵੀ ਬੰਦਾ ਆ ਕੇ ਲਾਵਰ ਸਲੈਸ਼ਨ ਤੇ ਕੰਮ ਕਰਨਾ ਚਾਹੁੰਦਾ ਹੈ ਸਾਡਾ ਘਰ ਅਠ ਕਬੀਰ پارک ਇੱਕ ਹਿਊਮਨ ਰਾਈਟਸ ਦਾ ਸੈਂਟਰ ਸੀ ਅੱਜ ਵੀ ਦਫ਼ਤਰ ਉੱਥੇ ਹੀ ਚੱਲਦਾ ਹੈ ਸੋ ਉਹ ਮੋਸਟ ਵੈਲਕਮ ਆ ਉਹ ਪੰਜਾਬ ਦੇ ਵਿੱਚ ਕਦੀ ਵੀ ਕੰਮ ਕਰ ਸਕਦਾ ਦੂਜਾ ਕੰਮ ਇਹ ਹੈ ਕਿ ਅਸੀਂ ਲੋਕ ਕਚਹਿਰੀਆਂ ਚ ਜਾਣਾ ਹੈ ਮੈਂ ਦੇਖਦੀ ਹਾਂ ਕਿ ਅਸੀਂ ਬੜਾ ਰੋਲਾ ਤਾਂ ਪਾ ਲੈਣੀਆਂ ਕਿ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਜੀ ਆ ਹੋ ਰਿਹਾ ਸਾਨੂੰ ਉਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਪਰ ਜੁੜਨਾ ਸਿਰਫ ਉਹਨਾਂ ਦੇ ਮਜ਼ਾਰਿਆਂ ਤੇ ਜਾਂ ਉਹਨਾਂ ਦੇ ਨਾਲ ਮਤਲਬ ਕਿ ਉਹਨੀ ਕੁ ਸੋਲੀਡੈਰਿਟੀ ਫੇਸਬੁੱਕ ਸੋਲੀਡੈਰਿਟੀ ਇੰਟਰਨੈਟ ਸੋਲੀਡੈਰਿਟੀ ਦਿਖਾ ਕੇ ਨਹੀਂ ਜੁੜਿਆ ਜਾਂਦਾ ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰਕੇ ਜੁੜਿਆ ਜਾਂਦਾ ਹੈ ਉਹਨਾਂ ਦੀ ਸਟਰਗਲ ਦੇ ਨਾਲ ਉਹਨਾਂ ਦੇ ਸਿਰਫ ਤੇ ਸਿਰਫ ਤੁਹਾਨੂੰ ਸਿਮਪੈਥਾਈਜ਼ ਨਹੀਂ ਐਮਪੈਥਾਈਜ਼ ਕਰਨਾ ਪੈਂਦਾ ਹੈ ਕਿਉਂਕਿ ਸਾਡੀਆਂ ਬਹੁਤ ਸਿਮਿਲੈਰਿਟੀਆਂ ਨੇ ਚਾਹੇ ਉਹ ਬਲੈਕ ਲਾਈਟ ਮੈਟਰ ਮੂਵਮੈਂਟ ਆ ਚਾਹੇ ਉਹ ਕਸ਼ਮੀਰੀਆਂ ਦੀ ਗੱਲ ਹੈ ਚਾਹੇ ਉਹ ਦਲਤਾਂ ਦੀ ਗੱਲ ਹੈ ਚਾਹੇ ਉਹ ਨਕਸਲ ਲਾਈਟ ਮੂਵਮੈਂਟ ਦੀ ਗੱਲ ਹੈ ਜਿਹੜੀ ਅੱਜ ਵੀ ਜਾਰਖੰਡ ਉੱਤਰਾਖੰਡ ਸਾਰੇ ਇੰਡੀਆ ਦੇ ਵਿੱਚ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿੱਚ ਅੱਜ ਵੀ ਜਿਹੜੇ ਆਦਿਵਾਸੀ ਉਹਨਾਂ ਨੂੰ ਕਰਾਂ ਜੋ ਉਜਾੜਨ ਦੀ ਗੱਲ ਹੈ ਉਹਨਾਂ ਸਾਰਿਆਂ ਦੇ ਨਾਲ ਸਾਨੂੰ ਉਹਨਾਂ ਦੀ ਮੂਵਮੈਂਟ ਨੂੰ ਸਮਝਣ ਦੀ ਵੀ ਲੋੜ ਹੈ ਤੇ ਨਾਲ ਦੀ ਨਾਲ ਸਾਨੂੰ ਆਪਣੀ ਗੱਲ ਕਰਨ ਦੀ ਵੀ ਲੋੜ ਹੈ ਸੋ ਉਸ ਲੋਕ ਕਚੈਰੀ 'ਚ ਜਾਣਾ ਸਾਡਾ ਫਰਜ਼ ਬਣਦਾ ਹੈ ਸੋ ਇਹ ਇਹ ਵੀ ਯੂਥ ਕੋਈ ਵੀ ਕਿਸੇ ਵੀ ਤਰੀਕੇ ਨਾਲ ਜੁੜਿਆ ਹੋਵੇ ਉਹ ਆਪਣਾ ਫਰਜ਼ ਪਛਾਣ ਕੇ ਜੇ ਉਹ ਲੋਕ ਕਚੈਰੀ 'ਚ ਜਾ ਸਕਦਾ ਤਾਂ ਲੋਕ ਕਚੈਰੀ 'ਚ ਜਾਵੇ ਉਹ ਜਿੱਥੇ ਵੀ ਇੱਕ ਸਿੱਖ ਜਾਂਦਾ ਹੈ ਜਿੱਥੇ ਵੀ ਅਸੀਂ ਜਾਂਦੇ ਹਾਂ ਅਸੀਂ ਸਿੱਖੀ ਦੇ ਦੂਤ ਬਣ ਕੇ ਜਾਂਦੇ ਹਾਂ ਸਾਨੂੰ ਕਦੀ ਸੰਗਣਾ ਨਹੀਂ ਚਾਹੀਦਾ ਆਪਣੀ ਸਿੱਖੀ ਦੀ ਗੱਲ ਕੀਤਿਆਂ ਸਾਡੇ ਹੱਕਾਂ ਦੀ ਗੱਲ ਕੀਤਿਆਂ ਸਾਡੇ ਸੰਘਰਸ਼ ਦੀ ਗੱਲ ਕੀ ਕਰਨ ਤੋਂ ਤੇ ਜਿੱਥੇ ਵੀ ਅਸੀਂ ਗਏ ਆ ਅਸੀਂ ਉਹਨਾਂ ਦੀ ਗੱਲ ਸੁਣ ਕੇ ਵੀ ਆਈਏ ਤਾਂ ਕਿ ਅਸੀਂ ਆਪਣੀ ਕੌਮ ਨੂੰ ਵੀ ਉਹ ਮੈਸੇਜ ਦੇ ਸਕੀਏ ਜੀ ਜਿਹੜਾ ਖਾਲੜਾ ਪਰਿਵਾਰ ਨੇ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਹੈ ਮੈਂ ਜਾਨਣਾ ਚਾਹਨੀ ਆ ਕਿ ਲਾਈਕ ਇਹਦਾ ਦਾਰਾ ਘਰ ਵਧਿਆ ਜਾਂ ਘਟਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਹਿੰਮ ਤੁਹਾਡਾ ਮਤਲਬ ਕੀ ਲਾਈਕ ਜਿਹੜੀਆਂ ਅਣਪਛਾਤੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਲੱਭਣ ਵਿੱਚ ਉਹਨਾਂ ਦਾ ਡਾਟਾ ਇਕੱਠਾ ਕਰਨ ਵਿੱਚ ਲਾਈਕ ਜਿਹੜਾ ਦਾਰਾ ਕਰਮੀਨਿੰਗ ਜਿਹੜੇ ਕਿ ਵਰਕਰ ਨੇ ਵਲੰਟੀਅਰ ਨੇ ਜਿਹੜੇ ਇਹ ਦਾਰਾ ਕਰ ਵਧਿਆ ਜਾਂ ਘਟਿਆ ਕੀ ਤੁਸੀਂ ਕਹਿਣਾ ਚਾਹੋਗੇ ਇਸ ਵਾਰ ਜੀ ਸਰਕਲ ਤਾਂ ਲਿਮਟਿਡ ਹੀ ਹੁੰਦਾ ਪਰ ਜੇ ਸਰਕਲ ਜਿਹੜਾ ਕਿਉਂਕਿ ਕੁਆਂਟੀਟੀ ਨਾਲੋਂ ਕੁਆਲਿਟੀ ਜਿਹੜੀ ਜ਼ਿਆਦਾ ਮੈਟਰ ਕਰਦੀ ਹੈ ਤੇ ਖਾਲਦਾ ਮਿਸ਼ਨ ਆਰਗੇਨਾਈਜੇਸ਼ਨ ਕਦੀ ਵੀ ਕੋਈ ਡੀ ਵੱਡੀ ਜਥੇਬੰਦੀ ਨਹੀਂ ਰਹੀ ਉਹ ਮੇਰੇ ਫਾਦਰ ਸਾਹਿਬ ਦੇ ਕੁਝ ਚੰਦ ਦੋਸਤ ਜੋ ਉਹਨਾਂ ਤੋਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀ ਬਾਕੀ ਕੁਝ ਜਿਹੜੇ ਲਾਈਕ ਮਾਈਂਡਡ ਲੋਕ ਉਹ ਹਮੇਸ਼ਾ ਸਾਡੇ ਨਾਲ ਰਹੇ ਨੇ ਤੇ ਉਹਨਾਂ ਦੀ ਸਪੋਰਟ ਰਹੀ ਹੈ ਪਰ ਫਿਰ ਵੀ ਇਹ ਬਹੁਤ ਹੀ ਛੋਟਾ ਜਿਹਾ ਗਰੁੱਪ ਹੈ ਤੇ ਉਹਨਾਂ ਨੇ ਆਪ ਦੇ ਲਿਮਟਿਡ ਰਿਸੋਰਸਸ ਦੇ ਨਾਲ ਉਹ ਕੰਮ ਕਰਦੇ ਨੇ ਉਸੇ ਗਰਾਊਂਡ ਤੇ ਰਹਿ ਕੇ ਉਹਨਾਂ ਛੀਤ ਪਰਿਵਾਰਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਵੰਡਣੇ ਫਿਰ ਕੋਰਟ ਕੇਸਾਂ ਤੇ ਜਾਣਾ ਸੋ ਸਾਡਾ ਕੋਈ ਏਜੰਡਾ ਵੀ ਨਹੀਂ ਹੈਗਾ ਕਿ ਉਹਨੂੰ ਜਿਆਦਾ ਵੱਡਾ ਦਾਇਰਾ ਕਰਨ ਦੀ ਹਾਂਜੀ ਟੀਵੀ 84 ਆ ਤੁਹਾਨੂੰ ਸਾਡੇ ਸ਼੍ਰੋਤੇ ਦਰਸ਼ਕ ਸਾਰੇ ਸੁਣ ਵੀ ਰਹੇ ਨੇ ਦੇਖ ਵੀ ਰਹੇ ਨੇ ਜਿਹੜਾ ਸਾਡਾ ਇਹੜਾ ਚੈਨਲ ਹੈਗਾ ਇਹ ਫੇਸਬੁੱਕ ਲਾਈਵ ਤੇ ਵੀ ਚੱਲਦਾ ਰੋਕੂ ਤੇ ਜਾਦੂ ਤੇ ਬੈਲ ਫਾਈਵ ਤੇ ਚੱਲਦਾ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗੀ ਕਿ ਅੱਜ ਕੱਲ ਇਟਸ ਨਾਟ ਸਿਰਫ ਆਪਣੇ ਕੌਮ ਦੀ ਇਹ ਪ੍ਰੋਬਲਮ ਨਹੀਂ ਹੈਗੀ ਕਿ ਅਸੀਂ ਉਹੀ ਗੱਲ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਸ਼ਾਰਟ ਟਰਮ ਬਹੁਤ ਹੋ ਗਏ ਆ ਸਾਨੂੰ ਫੇਸਬੁੱਕ ਤੇ ਸਟੈਟਸ ਪੋਣ ਤੋਂ ਬਾਅਦ ਇਮੀਡੀਏਟ ਸਾਡੇ ਹੱਲ ਜਿਹੜੇ ਉਹਨਾਂ ਨਿਕਲਣੇ ਚਾਹੀਦੇ ਆ ਤੇ ਕੁਝ ਚੀਜ਼ਾਂ ਨੂੰ ਜੇ ਅਸੀਂ ਅਬਜ਼ਰਵ ਕਰੀਏ ਕਿ ਅਸੀਂ ਸ਼ਹੀਦ ਦੀ ਡੈਫੀਨੇਸ਼ਨ ਨੂੰ ਵੀ ਬਹੁਤ ਹੌਲਾ ਕਰੀ ਜਾਂਦੇ ਆ ਅਸੀਂ ਸੋਚਦੇ ਆ ਕਿ ਸ਼ਾਇਦ ਅਸੀਂ ਇੰਟਰਨੈਟ ਜੁਝਾਰੂ ਹੋ ਕੇ ਸ਼ਹੀਦ ਕ੍ਰੀਏਟ ਕਰ ਸਕਦੇ ਆ ਕਿਸੇ ਮੂਵਮੈਂਟ ਨੂੰ ਕ੍ਰੀਏਟ ਕਰ ਸਕਦੇ ਆ ਪੋਸਟਰ ਬਣਾ ਕੇ ਜਾਂ ਉਹਨਾਂ ਦੀਆਂ ਪਿਕਚਰਸ ਨੂੰ ਸੋ ਚਾਹੇ ਉਹ ਕੋਈ ਭੁਖੜਤਾਲ ਤੇ ਬੈਠੇ ਤੇ ਉਹ ਬੰਦਾ ਬਾਅਦ ਚ ਮੁੱਕਰ ਜਾਵੇ ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਇਨਫੋਰਮੇਸ਼ਨ ਸਾਡੇ ਕੋਲ ਡੈਫੀਨੇਟਲੀ ਬਹੁਤ ਵੱਧ ਹੋ ਗਈ ਹੈ ਹੁਣ ਇੰਟਰਨੈਟ ਦੇ ਸਾਧਨ ਕਰਕੇ ਪਰ ਜਿਵੇਂ ਕਹਿੰਦੇ ਕਿ ਇੱਕ ਹੰਸ ਨੂੰ ਮੋਤੀ ਚੁਗਣ ਦੀ ਜਿਹੜੀ ਪਰਖ ਹੋਣੀ ਚਾਹੀਦੀ ਹੈ ਤੇ ਐਸ ਐਸ ਅ ਸਿੱਖ ਸਾਨੂੰ ਜਿਹੜੀ ਇੰਨੀ ਵਾਸਟ ਇਨਫੋਰਮੇਸ਼ਨ ਸਾਡੇ ਸਾਹਮਣੇ ਪਈ ਹੈ ਪਰ ਸਾਨੂੰ ਆਪਣੇ ਲੀਡਰ ਜਾਂ ਜਿਹੜੇ ਕੌਮੀ ਜਿਹੜੇ ਸਾਡੀ ਕੋਈ ਵੀ ਸਾਡੀ ਸਟਰਗਲ ਦੇ ਲਈ ਅੱਗੇ ਆਉਣ ਲਈ ਤਿਆਰ ਹਨ ਉਹਨਾਂ ਦੀ ਪਰਖ ਵੀ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਹੈ ਤੇ ਇੰਨੇ ਇੰਨੇ ਸ਼ੈਲੋ ਜਾਂ ਇੰਨੇ ਇੰਨੇ ਕਹ ਲੋ ਫੁਕਰਬਾਜੀ ਚ ਆ ਕੇ ਜਿਹੜਾ ਸਾਨੂੰ ਇੱਕਦਮ ਉਲਾਰ ਨਹੀਂ ਹੋ ਜਾਣਾ ਚਾਹੀਦਾ ਤਾਂ ਫਿਰ ਇੱਕਦਮ ਟੈਂਦੀ ਕਲਾ ਚ ਨਹੀਂ ਜਾਣਾ ਚਾਹੀਦਾ ਜਿਹੜੀ ਕੰਸਿਸਟੈਂਸੀ ਹੈ ਇੱਕ ਸਟਰਗਲ ਦੀ ਉਹ ਸਾਨੂੰ ਬਹੁਤ ਲੋੜਿੰਦੀ ਹੈ ਮੈਂ ਸੋਚਦੀ ਹਾਂ ਕਿ ਯੂਥ ਦੇ ਵਿੱਚ ਹੋ ਪਤਾ ਹੈਗੀ ਐ ਪਰ ਮੇਬੀ ਉਹ ਇੱਕ ਚੰਗਾ ਲੀਡਰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਚੰਗਾ ਲੀਡਰ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਹੀ ਆਉਣਾ ਹੈ ਸੋ ਉਹਦੇ ਲਈ ਸਿਰਫ ਤੇ ਸਿਰਫ ਇਨਫਰਮੇਸ਼ਨ ਜਿਵੇਂ ਕਹਿੰਦੇ ਆ ਕਿ ਜਿਹੜੀ ਤਾਲੀਮ ਜਿਹੜੀ ਇਨਫਰਮੇਸ਼ਨ ਤੇ ਨੋਲਿਜ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ ਹੈ ਸੋ ਸਾਨੂੰ ਇਨਫਾਰਮੇਸ਼ਨ ਤਾਂ ਬਹੁਤ ਹੋ ਰਹੀ ਹੈ ਹੁਣ ਸਾਡਾ ਟਾਈਮ ਹੈ ਕਿ ਅਸੀਂ ਨੌਲੇਜ ਜਿਹੜੀ ਆ ਉਹ ਹਾਸਲ ਕਰੀਏ ਚੀਜ਼ਾਂ ਬਾਰੇ ਸਿਰਫ ਤੇ ਸਿਰਫ ਚਾਰ ਪੰਜ ਲਾਈਨਾਂ ਪੜ੍ਹ ਕੇ ਤਤਪਤ ਤਤ ਫੈਸਲਿਆਂ ਤੇ ਨਾ ਪਹੁੰਚੀਏ ਤੇ ਇੱਕਦਮ ਇਮੋਸ਼ਨਲ ਨਾ ਇਮੋਸ਼ਨਲ ਹੋਣਾ ਵੀ ਜ਼ਰੂਰੀ ਹੈ ਸੋ ਇਹਦੇ ਵਿੱਚ ਬੜੀ ਫਾਈਨ ਲਾਈਨ ਆ ਹਰ ਚੀਜ਼ ਦੇ ਵਿੱਚ ਇਮੋਸ਼ਨਲ ਨਹੀਂ ਹੋਵੋਗੇ ਤਾਂ ਹਾਂਜੀ ਇਮੋਸ਼ਨਲ ਹੋਣ ਤੋਂ ਬਿਨਾ ਤੁਸੀਂ ਸੰਘਰਸ਼ ਨਹੀਂ ਲੜ ਸਕਦੇ ਪਰ ਉਹ ਕੇਸ ਲੈਵਲ ਦੇ ਇਮੋਸ਼ਨਲ ਹੋਣਾ ਹੈ ਤੇ ਉਹ ਕੇਸ ਲੈਵਲ ਤੇ ਜਾ ਕੇ ਤੁਸੀਂ ਕੰਟਰੀਬਿਊਟ ਕਰਨਾ ਕਿਉਂਕਿ ਕਈ ਵਾਰ ਐ ਹੁੰਦਾ ਹੈ ਕਿ ਸਿਰਫ ਤੇ ਸਿਰਫ ਗਲਤ ਸੋਚ ਜਾਂ ਉਹਤੇ ਇਰਾਦੇ ਵਾਲੇ ਲੋਕ ਹੀ ਸੰਘਰਸ਼ ਦਾ ਨੁਕਸਾਨ ਨਹੀਂ ਕਰਦੇ ਬਿਨਾ ਕਿਸੇ ਸੋਚ ਵਾਲੇ ਲੋਕ ਜ਼ਿਆਦਾ ਨੁਕਸਾਨ ਕਰ ਜਾਂਦੇ ਆ ਸੋ ਸਾਡੀ ਜਿਹੜੀ ਸੋਚ ਹੈ ਉਹ ਡਿਵੈਲਪ ਹੋਣੀ ਬਹੁਤ ਜ਼ਰੂਰੀ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ ਵਿੱਚ ਆਏ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੇ ਹੁਣ ਅਸੀਂ ਆਪਣੇ ਵਿਊਰਸ ਕੋਲ ਅਨੇ ਇਜ਼ਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ